ਲੀਡਰ ਆਫ ਹਾਊਸ ਨੂੰ ਸੁਣ ਲਓ, ਤੁਸੀਂ 1 ਅਪ੍ਰੈਲ ਨੂੰ, ਤੁਸੀਂ 1 ਅਪ੍ਰੈਲ ਨੂੰ ਦਿਨ ਨਹੀਂ ਮੰਨਦੇ ਲੀਡਰ ਆਫ, ਜੇ ਬੱਚੇ ਅੱਜ ਪੈਦਾ ਹੋਣਗੇ ਤਾਂ ਮਤਲਬ ਉਹ ਦਿਨ ਹੀ ਮਾੜਾ ਸੀ। ਅੱਜ ਚੰਡੀਗੜ੍ਹ ਦੇ ਵਿੱਚ ਰੂਲ ਲਾਗੂ ਹੋ ਰਿਹਾ ਹੋ, ਚੰਡੀਗੜ੍ਹ ਚ ਰੂਲ ਲਾਗੂ ਹੋ ਰਿਹਾ ਹੋ, ਉਹਦਾ ਉਹਦਾ ਵਿਰੋਧ ਕਰ ਰਹੇ ਹਾਂ ਅਸੀਂ। ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਹੋ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਉਹਨੇ ਵਿਰੋਧ ਕੀਤਾ, ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ, ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਹੋ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਉਹਨੇ ਵਿਰੋਧ ਕੀਤਾ, ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ, ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਹੋ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਉਹਨੇ ਵਿਰੋਧ ਕੀਤਾ, ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ, ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਹੋ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਉਹਨੇ ਵਿਰੋਧ ਕੀਤਾ, ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ, ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ, ਉਹਦੇ ਵਿਰੁੱਧ ਪ੍ਰਸਤਾਵ ਹੈ। ਤੁਸੀਂ ਕੀ ਕੀਤਾ 5 ਸਾਲ ਚ? 4.5 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲੇ, 4.5 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ। ਕੀ ਲਾਗੂ ਕਰ ਗਏ ਹੋ ਬੀਜੇਪੀ ਵਾਲੇ? ਕੀ ਲਾਗੂ ਕਰ ਗਏ? ਉਹਨੇ ਵਿਰੋਧ ਕੀਤਾ, ਸਿੱਧਾ ਜਾਂਦੇ ਸੀਗੇ HM ਕੋਲੇ, ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ। ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ। ਹਾਂ, ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ, ਔਖਾ ਹੁੰਦਾ, ਪਰ ਬਹਿ ਜਾਓ। 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਬਹੁਤ ਬਿਠਾਏ ਨੇ ਏਦਾਂ। ਹਾਂ।
ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ ਅਸੀਂ ਤੁਸੀਂ ਕੀ ਕੀਤਾ 5 ਸਾਲ 'ਚ ਸਾਢੇ 4 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲ੍ਹੇ ਸਾਢੇ 4 ਸਾਲ ਦਰਵਾਜ਼ੇ ਹੀ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ ਕੀ ਲਾਗੂ ਕਰ ਗਏ ਉਹ ਬੀਜੇਪੀ ਵਾਲੇ ਕੀ ਲਾਗੂ ਕਰ ਗਏ ਉਹਨੇ ਵਿਰੋਧ ਕੀਤਾ ਸਿੱਧਾ ਜਾਂਦੇ ਸੀਗੇ HM ਕੋਲੇ ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ ਹਾਂ ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ ਔਖਾ ਹੁੰਦਾ ਪਰ ਬਹਿ ਜਾਓ 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ ਮੈਂ ਬਹੁਤ ਬਿਠਾਏ ਨੇ ਇੱਦਾਂ ਹਾਂ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਰੂਲ ਅੱਜ ਲਾਗੂ ਹੋ ਰਿਹਾ ਉਹਦਾ ਵਿਰੋਧ ਕਰ ਰਹੇ ਹਾਂ ਉਹਦੇ ਵਿਰੁੱਧ ਪ੍ਰਸਤਾਵ ਤੁਸੀਂ ਕੀ ਕੀਤਾ 5 ਸਾਲ 'ਚ ਸਾਢੇ 4 ਸਾਲ ਤਾਂ ਸਿਸਮਾਂ ਵਾਲੇ ਮਹਿਲ ਦੇ ਵੀ ਦਰਵਾਜ਼ੇ ਨਹੀਂ ਖੋਲ੍ਹੇ ਸਾਢੇ 4 ਸਾਲ ਦਰਵਾਜ਼ੇ ਖੜਾ ਲੈਂਦੇ ਸਿਸਮਾਂ ਵਾਲੇ ਮਹਿਲ ਦੇ ਕੀ ਲਾਗੂ ਕਰ ਗਏ ਉਹ ਬੀਜੇਪੀ ਵਾਲੇ ਕੀ ਲਾਗੂ ਕਰ ਗਏ ਉਹਨੇ ਵਿਰੋਧ ਕੀਤਾ ਸਿੱਧਾ ਜਾਂਦੇ ਸੀਗੇ HM ਕੋਲੇ ਸਿੱਧਾ ਜਾਂਦੇ ਸੀ ਪ੍ਰਧਾਨ ਮੰਤਰੀ ਕੋਲੇ ਤੁਹਾਡੇ ਕੈਪਟਨ ਸਾਹਿਬ ਸੋ ਇਸ ਕਰਕੇ ਕਿਰਪਾ ਕਰਕੇ ਸੁਣਨ ਦਾ ਮਾਦਾ ਰੱਖੋ ਹਾਂ ਥੋੜਾ ਜਿਹਾ ਔਖਾ ਹੁੰਦਾ ਹੈ 5 ਸਾਲਾਂ ਬਾਅਦ ਜਦੋਂ ਜਾਂਦੀ ਹੈ ਤਾਕਤ ਨਾ ਔਖਾ ਹੁੰਦਾ ਪਰ ਬਹਿ ਜਾਓ 7 ਸਾਲ ਮੈਂ ਪਾਰਲੀਮੈਂਟ 'ਚ ਰਿਹਾ ਮੈਂ ਬਹੁਤ ਬਿਠਾਏ ਨੇ ਇੱਦਾਂ ਹਾਂ ਬਹਿ ਜਾਓ ਚੀਮਾ ਸਾਹਿਬ ਤੋਂ ਬਾਅਦ ਬਾਜਵਾ ਜੀ ਤਿਆਰ ਰਹੇ